ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਜਗਦੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਪਿੰਡ ਝੰਡਿਆਂਦਾ ਜੀ, ਮੌਜੂਦਾ ਸਰਪੰਚ ਵੀ ਹਾਂ ਇਸ ਟਾਈਮ। ਅੱਛਾ ਜੀ, ਅਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜਾਂ ਤੁਹਾਨੂੰ ਗੋਲੀ ਚੱਲੀ ਆ, ਕੀ ਮਾਮਲਾ ਕੀ ਹੋਇਆ ਜੀ? ਮਾਮਲਾ ਇਹ ਹੋਇਆ ਜੀ, ਬਲਗਨ ਦੇ ਉੱਤੇ ਥੋੜ੍ਹਾ ਜਿਹਾ ਝੇੜਕਾ ਪੈ ਗਿਆ ਸੀ। ਬਲਗਨ ਉਹ ਆਉਂਦੇ ਸੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ। ਅੱਛਾ ਜੀ, ਉਹ ਜਦੋਂ ਆਰਡਰ ਬੁੱਕ ਕਰਾਇਆ ਤਾਂ ਉਹਨੇ ਬਲਗਨ ਨਹੀਂ ਲੈ ਕੇ ਆਇਆ, ਅਤੇ ਉਹਨੇ ਫਿਰ ਜਾ ਕੇ ਪੁੱਛਿਆ ਵਾ ਕਿ ਸਾਡੇ ਜਿਹੜੇ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ। ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ, ਆਰਡਰ ਸਪਲਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁੰਦਾ। ਅਤੇ ਜਦੋਂ ਇੰਨੀ ਗੱਲ ਹੋਈ ਆ ਅਤੇ ਉਸ ਤੋਂ ਬਾਅਦ ਫਿਰ ਉਹ ਚਲ ਗਿਆ ਮੁੰਡਾ ਸਾਡਾ ਵਾਪਸ। ਉਸ ਤੋਂ ਬਾਅਦ 5 ਮਿੰਟ ਬਾਅਦ ਫਿਰ ਉਹ ਆਇਆ ਵੀ ਹੁਣ ਤਾਂ ਦੇ ਦੇ। ਉਹ ਫਿਰ ਗਾੜੀ ਨੂੰ ਗਲਤ ਬੋਲਿਆ ਉਹਨੂੰ, ਅਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਇੱਦਾਂ ਨਾ ਬੋਲ, ਮੈਨੇਜਰ ਨਾਲ ਸਾਡੀ ਗੱਲ ਕਰਾ, ਆਪਾਂ ਉਹਦੇ ਨਾਲ ਗੱਲ ਕਰ ਲੈਂਦੇ। ਉਹ ਆਉਂਦਾ ਮੈਨੇਜਰ ਮੈਂ ਹੀ ਲੱਗਾ, ਕੋਈ ਮੈਨੇਜਰ ਨਹੀਂ ਹੋਰ, ਮੈਂ ਹੀ ਮੈਨੇਜਰ ਹਾਂ। ਅਤੇ ਇੱਦਾਂ ਹੋਈ ਆ, ਮੁੜ ਕੇ ਬਾਅਦ 'ਚ ਉਹਨੇ ਸਾਈਡ 'ਤੇ ਜਾ ਕੇ ਆਪਣੇ ਡੈਡੀ ਨੂੰ ਜਾਂ ਪਤਾ ਨਹੀਂ ਮਾਂ, ਸਾਨੂੰ ਨਹੀਂ ਪਤਾ, ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ। ਉਹਨਾਂ ਆਣ ਕੇ ਪੈਲਸੀ ਦੇ ਅੰਦਰ ਵੜਦਿਆਂ ਅਸੀਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ, ਚੰਗੇ ਨਹੀਂ ਲੱਗੀਦਾ। ਉਹਨੇ ਜਦੋਂ ਫਿਰ ਆਣ ਕੇ ਉਹਨੇ ਜਦੋਂ ਗਾਂਹ ਲੱਗਿਆ ਥੋੜ੍ਹਾ ਜਿਹਾ, ਅਤੇ ਉਹਨੇ ਜਾ ਕੇ ਚਪੇੜ ਮਾਰਤੀਆਂ ਮੁੰਡੇ ਦੇ, ਅਤੇ ਮੁੰਡੇ ਡਿੱਗੇ, ਅਤੇ ਫਿਰ ਉਹਨੇ ਗੋਲੀ ਜਿਹੜੀ ਆ ਉਹ ਚਲਾਈ ਆ ਸਾਥੀ ਦੇ ਵਿੱਚ, ਵੱਜੀ ਆ ਉੱਥੋਂ ਤਿਲਕਦੀ ਹੋਈ ਅੰਦਰੋਂ ਦੀ ਗਈ ਆ, ਇਹ ਨਹੀਂ ਵੀ ਬਾਹਰੋਂ ਦੀ ਗਈ ਆ। ਫਿਰ ਆਪਣਾ ਜਿਹੜਾ ਬਾਂਹ ਦੇ ਵਿੱਚੋਂ ਦੀ ਲੰਘ ਕੇ ਸਾਰ ਪਾਰ ਹੋਈ ਆ, ਗੋਲੀ ਜਿਹੜੀ ਆ ਨਿਕਲ ਗਈ ਆ ਵਿੱਚੋਂ। ਇਹ ਕੋਈ 9:30 ਦੇ ਟਾਈਮ ਦੇ ਕਰੀਬ ਹੈਗੀ ਆ, 9 ਵਜੇ ਆਰਡਰ ਬੁੱਕ ਕਰਾਇਆ ਅਤੇ ਅੱਧੇ ਘੰਟੇ ਬਾਅਦ ਇਹ ਚੱਕਰ ਚਲਿਆ। ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ, ਉਹਦਾ ਪਤਾ ਕਰ ਸਕਦੇ, ਬਹੁਤ ਜ਼ਿਆਦਾ ਗੁੰਡਾਗਰਦੀ ਆ। ਉਹ ਆਪਣਾ ਟੌਰ ਪਾਉਣਾ ਚਾਹੁੰਦਾ ਸੀ ਇਹਨਾਂ 'ਤੇ, ਉਹਦੇ ਕਰਕੇ ਇਹਨੇ ਆਪਣਾ ਦਬ ਦਬਾਈ ਰੱਖਿਆ। ਹਾਂਜੀ, ਉਹਦੇ ਬਾਰੇ ਸਾਨੂੰ ਨਹੀਂ ਪਤਾ ਵੀ ਰੱਖਦਾ ਜਾਂ ਨਹੀਂ ਰੱਖਦਾ, ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ। ਨਹੀਂ ਨਹੀਂ ਵੇਖੋ, ਪੁਰਾਣੀ ਕੋਈ ਨਹੀਂ, ਸਿਰਫ ਹੰਕਾਰ ਦਾ ਹੀ, ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ, ਉੱਦਾਂ ਨਹੀਂ ਕੁਛ ਵੀ ਹੋਇਆ। ਵੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰਨ ਰਹੀ ਆ, ਸਾਨੂੰ ਉੱਦਾਂ ਵਿਸ਼ਵਾਸ ਆ ਉਹਨਾਂ 'ਤੇ ਕਿ ਕਾਰਵਾਈ ਸਹੀ ਕਰੂਗੀ। ਪਾਰਟੀ ਸਾਡੀ ਕੋਈ ਨਹੀਂ ਗਈ, ਅਤੇ ਉਹ ਆਪਣੇ ਉੱਦਾਂ ਹੀ ਹਾਂ ਅਸੀਂ ਪਾਰਟੀਆਂ ਸੰਬੰਧ ਅਸੀਂ ਤਾਂ ਮੁੱਖ ਮੰਤਰੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਵਾਰਦਾਤਾਂ 'ਤੇ ਠੱਲ ਪਾਉਣੀ ਚਾਹੀਦੀ ਆ, ਇਹੋ ਜਿਹਾ ਬਦਮਾਸ਼ਾਂ ਤੋਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਹ ਕੱਢ ਲੈਂਦੀ ਹੈ ਜੀ ਐਸ ਐਚ ਸਾਹਿਬ ਨੇ, ਕੱਢ ਲੈਂਦੀ ਹੈ। ਉਹ ਤਾਂ ਵਿਸ਼ਵਾਸ ਪੂਰਾ ਦਿਖਾਉਣ ਡੇ ਜੀ ਸਾਨੂੰ ਗਾੜੀ, ਵੇਖੋ ਜੋ ਹਾਲਾਤ ਦੇ ਹਾਲਾਤ ਤੇ ਕੱਲ੍ਹ ਤਾਂ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ, ਅੱਜ ਕੋਲ ਠੀਕ ਹੈ, ਹੁਣ ਮੋੜ ਪਿਆ ਵਾ।
ਇਹ ਗੱਲ ਕਦੀ ਸੋਚੀ ਨਹੀਂ ਸੀ, ਇੱਥੇ ਤੱਕ ਪਹੁੰਚਿਆ ਨਹੀਂ। ਇਕੱਲਾ ਇਕੱਲਾ ਬੇਟਾ ਤੁਹਾਡਾ? ਨਹੀਂ, ਦੋ ਕਾਕੇ ਆ। ਦੋ ਕਾਕੇ ਤੇ ਹੁਣ ਘਰ 'ਚ ਮਦਰ ਜਾਂ ਕੋਈ ਹੈਗੇ ਹੋਰ ਕੌਣ ਕੌਣ ਪਰਿਵਾਰ 'ਚ? ਗੁੱਡੀਆਂ ਹੀ ਦੋ ਵਿਆਹ ਤੀਆਂ ਵਾ, ਬਾਕੀ ਘਰ ਦੇ ਉਹਦੇ ਬੱਚੇ ਆ, ਬੱਚਾ ਉਹਦਾ ਇੱਕ। ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ? ਦੇਖੋ ਅਸੀਂ ਤਾਂ ਪਹਿਲਾਂ ਵੀ ਮੰਗ ਕਰਨੀ ਤਾਂ ਹੁਣ ਵੀ ਆਉਂਦੇ ਹਾਂ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ, ਇਹੋ ਜਿਹਾ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ। ਜੋ ਪੰਜਾਬ ਦੇ ਹਾਲਾਤ ਹੋਣ ਡੇ ਆ ਬਹੁਤ ਨਾਜ਼ੁਕ ਹੋਣ ਡੇ ਆ, ਇਹਦੇ ਵੱਲ ਧਿਆਨ ਦੇਣਾ ਚਾਹੀਦਾ ਖਾਸ ਕਰਕੇ। ਸੁਰਿੰਦਰ ਸਿੰਘ, ਘੜਨਾ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ਼ ਮੰਗੀ ਉਹਨਾਂ ਕੋਲ ਖਾਣ ਵਾਲੀ, ਤੋ ਖਾਣ ਤੋਂ ਉੱਤੇ ਉੱਥੇ ਡਿਊਟੀ 'ਤੇ ਉੱਥੇ ਮੁੰਡਾ ਕਾਕਾ ਖਲੋਤਾ ਹੋਏ ਉਹ ਹੀ ਪਾਣ ਕੇ ਉਹ ਲੱਗਾ ਵਿੱਚ ਕਰਦਾ ਨੌਕਰੀ ਕਰਦਾ, ਉਹ ਕਰਦੇ ਉਹ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆਹ ਆਰਡਰ, ਅਤੇ ਉੱਥੇ ਆਹ 3 ਮਿੰਟ ਦਾ ਆਰਡਰ ਸਿਰਫ ਚੀਜ਼ ਜਿਹੜੀ ਭੁਗਤਾਉਣ ਦਾ, ਵੱਧ ਤੋਂ 15-20 ਮਿੰਟ ਹੋ ਚੁੱਕੇ ਸੀ। 15-20 ਮਿੰਟਾਂ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਵੀ ਤੂੰ ਵੀ ਆਰਡਰ ਨਹੀਂ ਭੇਜਿਆ, ਤੋ ਉਹ ਆਰਡਰ ਭੇਜਣ ਤੋਂ ਆਉਂਦਾ ਤੂੰ ਕੌਣ ਆ, ਅਸੀਂ ਨੱਥ ਪਾਉਣ ਜਾਣਦੇ ਹਾਂ। ਅਤੇ ਉਹ ਮੁੜ ਕੇ ਬਾਅਦ ਵਿੱਚ ਉਹਨੇ ਆਖਿਆ ਤੂੰ ਮੈਨੇਜਰ ਨਾਲ ਸਾਡੀ ਗੱਲ ਕਰਾ, ਜੇ ਤੂੰ ਸਾਨੂੰ ਨਹੀਂ ਜਾਣਦਾ ਤਾਂ ਮੈਨੇਜਰ ਨਾਲ ਗੱਲ ਕਰਾ। ਆਉਂਦਾ ਮੈਨੇਜਰ ਮੈਂ ਹਾਂ, ਮੈਨੇਜਰ ਹੋਰ ਥੋੜ੍ਹਾ ਕੋਈ ਆ, ਮੈਨੇਜਰ ਤੂੰ ਕੀ ਆਖਣਾ, ਮੈਂ ਮੈਨੇਜਰ ਹਾਂ, ਨਹੀਂ ਆ ਇੱਕ ਅਸੀਂ ਨਹੀਂ ਕਰਵਾ। ਉਹ ਉੱਥੇ ਮਾੜਾ ਮੋਟਾ ਉਹ ਫਿਰ ਗੱਲ ਤੋਂ ਤੂੰ ਤੂੰ ਮੈਂ ਹੋਈ ਹੋਊਗੀ, ਕਿਉਂ ਮੌਕਾ ਦਿੱਤਾ ਅਸੀਂ ਹੈ ਨਹੀਂ ਗੇ, ਸੁਣ ਕੇ ਸੁਣਾ ਸੁਣੀ ਤਾਂ ਗੱਲ ਆ ਜਿਹੜੀ ਉਹ ਆ। ਹਾਂਜੀ, ਉਸ ਤੋਂ ਬਾਅਦ ਗੋਲੀ ਕਿਵੇਂ ਚਲਾਈ ਹੈ? ਉਹ ਗੋਲੀ ਆ ਕੇਵਲ ਸਿੰਘ ਕੋ ਵਰਿਆਮ ਦਾ, ਉਹ ਅੱਗੇ ਵੀ ਦੱਸਦੇ ਵੀ ਅੱਗੇ ਵੀ ਉਹਨੇ ਚਲਾਈ ਸੀ ਵਰਿਆਮ ਪਿੰਡ ਦੇ ਵਿੱਚ ਨਾ, ਉਹਨੇ ਕਿਸੇ ਨਾਲ ਆਉਣਾ ਉਹ ਗੋਲੀ ਅੱਗੇ ਵੀ ਚਲਾਈ ਸੀ, ਉਹਨਾਂ ਕਿਤੇ ਪੈਸੇ ਦੇ ਕੇ ਅਤੇ ਉਹਨੇ ਫੈਸਲਾ ਕਰ ਲਿਆ, ਉਦੋਂ ਉਹ ਟਿੜ ਗਿਆ ਅਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ੍ਹ ਸਾਰਿਆਂ ਲੋਕਾਂ ਨੇ ਵੀ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ, ਅਤੇ ਇਹਦਾ ਦਿਮਾਗ ਮੈਡਲ ਵਾ, ਆਹ ਲੋਕਾਂ ਨੇ ਨਾ ਉਹਦਾ ਪਾਇਆ ਚਲਾਈ। ਸਜ਼ਾ ਤਾਂ ਇਹਨੇ ਹੁਣ ਪੂਰੀ ਫੁੱਲ ਹੋਣੀ ਚਾਹੀਦੀ ਆ, ਉਹ ਸੰਜੋਗ ਪਰਸੋਂ ਸਹੀ ਮਿਲ ਰਿਹਾ। ਦੇਖੋ ਖਿਆਲ ਤਾਂ ਹੈ ਵੀ ਫੜੇ ਜਾਣਗੇ, ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਐਸੇ ਤੁਰੇ ਫਿਰਦੇ ਨੇ ਅੰਮ੍ਰਿਤਸਰ ਤੁਰੇ ਫਿਰਦੇ ਨੇ ਅਤੇ ਲੈ ਕੇ ਸਿਹਾਰ ਲੈ ਕੇ ਤੁਰੇ ਫਿਰਦੇ ਨੇ, ਇਹਨਾਂ ਨੱਥ ਪਾਉਣੀ ਚਾਹੀਦੀ ਆ, ਇਹਨਾਂ ਸਜ਼ਾ ਮਿਲਣੀ ਚਾਹੀਦੀ ਆ। ਬੱਚੇ ਹਾਲਾਤ ਤਾਂ ਅਜੇ ਮੈਂ ਮਿਲਿਆ ਨਹੀਂ ਗਾ, ਅਤੇ ਉਦੋਂ ਠੀਕ ਸੁਣ ਪਤਾ ਲੱਗਦਾ ਵੀ ਠੀਕ ਆ ਕਿ ਨਾ ਫਰਕ ਪਿਆ, ਰਾਤੀ ਕੋਲ ਜ਼ਿਆਦਾ ਹੁਣ ਠੀਕ ਆ। KFC ਕਿੱਥੋਂ ਤੱਕ ਲਾਗੇ ਪੈਂਦਾ ਜੀ? ਉੱਥੇ ਗੋਲੀ ਚੱਲਦੀ ਆ ਰਾਤ ਦੀ 9:30 ਵਜੇ KFC ਤੋਂ ਸਾਹਿਬ ਆ ਰਹੇ ਹੋ, ਕਾਰਵਾਈ ਕਰ ਰਹੇ ਜੀ ਆ ਰਹੇ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋਲੀ ਚੱਲੀ ਨੇ ਉਹਨਾਂ ਦਾ ਬੇਟਾ ਜੀ, ਉਹਨਾਂ ਦੇ ਮੁੰਡਾ ਜੀ, ਹਾਂਜੀ ਤੇ ਹੁਣ ਤੱਕ ਕੀ ਕਾਰਵਾਈ? ਕਾਰਵਾਈ ਕਰ ਰਹੇ ਜੀ ਅਸੀਂ ਤੋਂ ਸਾਹਿਬ, ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰਨ ਲੱਗੇ ਆ। ਹਾਂਜੀ ਹਾਂਜੀ, ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 87250-40658, 8725040658।